ਅਕੜੀਆਂ ਕੁੜੀਆਂ ਲਾ ਕੇ ਮਿਲਤੇ ਖੁੱਲਾ ਟਾਈਮ ਬਿਤਾ ਦੀਦ ਤੇਰੀ ਦੇ ਰੋਗੀਆਂ ਤੇ ਦੇ ਦੇ ਕੋਈ ਦੁਆ ਓ ਜਦੋਂ ਹੋਵੇ ਤੈਨੂੰ ਕੋਲੋਂ ਵੇਖਣਾ ਨੀ ਅੱਖਾਂ ਕਰ ਲਈਏ ਬੰਦ ਗੋਰੀਏ ਥੈਂਕ ਯੂ ਸੋ ਮਚ ਤੁਹਾਡੀ ਕੀਤਾ ਜੋ ਇੱਕ ਲਾਈਨ ਅਸੀਂ ਤੁਹਾਨੂੰ ਡੈਡੀਕੇਟ ਕਰ ਰਹੇ ਹਾਂ ਘੜੀਆਂ ਘੁੜੀਆਂ ਲਾ ਕੇ ਮਿਲਦੇ ਬਿਲਕੁਲ ਜੀ ਬਿਲਕੁਲ ਮੈਂ ਇਹ ਲਾ ਦਿੰਦਾ ਨਹੀਂ ਘੜੀ ਉਸ ਬੰਦੇ ਦੀ ਗਰੋਥ ਹੋਣੀ ਲਾਜ਼ਮੀ ਹੁੰਦੀ ਹੈ ਜਿਹਦੇ ਆਲੇ ਦੋਨੇ ਬਹੁਤ ਸਾਰੇ ਕ੍ਰਿਟਿਕਸ ਹੁੰਦੇ ਜੀ 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 ਹਨਾ ਪ੍ਰਸ਼ੰਸਾ ਕਰਨ ਦੇ ਨਾਲ ਬਿਲਕੁਲ ਬਹੁਤ ਸਾਡੇ ਸਿੱਧੇ ਮੂੰਹ ਤੇ ਕਹਿ ਦਿੰਦੇ ਯਾਰ ਆ ਚੀਜ਼ ਨਹੀਂ ਵਧੀਆ ਤੁਹਾਡੇ ਪਿੰਡ ਦਾ ਕੀ ਨਾਮ ਹੈ ਰਾਮਪੁਰ ਭੂਤਵੰਦ ਜੀ ਤੁਸੀਂ ਜਾਣ ਕੇ ਪੁੱਛਿਆ ਨਾ ਮਾ ਦਦੀ ਬੀਬੀ ਕਹਿੰਦੇ ਨਾ ਬੀਬੀ ਭੂਤਵਿੰਡ ਕਿਉਂ ਕਹਿੰਦੇ ਨੂੰ ਆਂਦੀ ਉਹ ਸਾਰੇ ਭੂਤ ਹੀ ਨੱਚ ਰਹੇ ਅੱਛਾ ਉਹਨਾਂ ਨੇ ਤੇ ਆਪਣੇ ਹਿਸਾਬ ਨਾਲ ਪਰ ਮੈਨੂੰ ਆਪ ਨੂੰ ਨਹੀਂ ਪਤਾ ਕਿ ਕਿਉਂ ਕਹਿੰਦੇ ਐਲਬਮ ਨੂੰ ਵੀ ਨਾ ਸਾਰੇ ਇਹਨੂੰ ਛੋਟਾ ਕਰਤਾ ਸੀ ਈਪੀ ਰਿਲੀਜ਼ ਕਰਨ ਲੱਗੇ ਸੀ ਜੀ 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 ਸੋ ਉਹਨੇ ਤੁਸੀਂ ਸੋਚਿਆ ਕਿ ਈਪੀ ਕਰ ਦਿੰਨੇ ਆ ਹੁਣ ਈਪੀ ਦਾ ਟ੍ਰੈਂਡ ਚੱਲ ਰਿਹਾ ਪਹਿਲਾਂ ਮੈਂ ਸੋਚਿਆ ਸੀ ਮੈਂ ਕਿਹਾ ਚਲੋ ਚਾਰਕ ਗੀਤ ਕਰ ਦਿੰਨੇ ਆ ਈਪੀ ਕਰ ਦਿੰਨੇ ਆ ਫਿਰ ਮੈਨੂੰ ਲੱਗਾ ਕਿ ਯਾਰ ਈਪੀ ਚ ਨਾ ਇੱਕ ਫਲੇਵਰ ਦੇ ਗੀਤ ਹੁੰਦੇ ਆ ਕਹਿੰਦੇ ਅੰਮ੍ਰਿਤਸਰ ਦੇ ਨਾ ਸਾਰੇ ਮੁੰਡੇ ਬਹੁਤ ਸੁਣਾ ਗਾਉਂਦੇ ਨੇ ਤੇ ਖਾਸ ਕਰ ਜਿਹੜੇ ਖਾਲਸਾ ਕਾਲਜ ਆਲੇ ਨੇ ਫੇ ਮੈਂ ਕਿਹਾ ਵੀ ਚਲੋ ਆਪਾਂ ਇਸ ਇੰਟਰਵਿਊ ਦੇ ਵਿੱਚ ਜਿਹੜੇ ਤੁਸੀਂ ਪੰਜਾਬੀ ਟਾਈਟਲ ਵੀ ਰੱਖੀ ਨੇ ਆਪਾਂ ਉਹਨਾਂ ਨੂੰ ਵੀ ਟਰਾਂਸਲੇਟ ਕਰ ਲੈਂਦੇ ਆ ਜੀ ਜੀ ਮੈਂ ਕਹਦੇ ਨਹੀਂ ਕੀਤਾ ਕਿਸੇ ਇੰਟਰਵਿਊ 'ਚ ਇਦਾਂ ਗੀਮ ਗੂਮ ਜੀ ਸੌਰ ਰੱਬ ਦੀ ਆਈ ਸਅਰ ਆਈ ਸਅਰ ਠੀਕ ਹੈ ਅੱਜ ਦੇ ਟਾਈਮ ਦੇ ਵਿੱਚ ਆਰਟਿਸਟ ਨੂੰ ਸੈਟੀਸਫੈਕਸ਼ਨ ਕਿਹੜੀ ਗੱਲ ਦੇ ਰਹੀ ਆ ਕਿ ਮੇਰਾ ਗਾਣਾ ਠੀਕ ਆ ਸਕਸੈਸਫੁਲ ਹੋ ਗਿਆ ਟੇਲਜ਼ ਗੀਤ ਜਿਹੜਾ ਮੈਨੂੰ ਲੱਗਦਾ ਸੀ ਯਾਰ ਲੋਕਾਂ ਨੂੰ ਪਤਾ ਨਹੀਂ ਸਮਝ ਆਊਗਾ ਕਿ ਨਹੀਂ ਪਰ ਟੇਲਜ਼ ਗੀਤ ਬਹੁਤ ਵਧੀਆ ਜਾ ਰਿਹਾ ਬਹੁਤ ਸੋਹਣਾ ਆਪਾਂ ਦੋ ਵਾਰੀ ਵੈਸੇ ਇੰਟਰਵਿਊ ਕੀਤਾ ਪਰ ਮੈਨੂੰ ਸੱਚੀ ਪਹਿਲਾਂ ਨਹੀਂ ਸੀ ਪਤਾ ਕਿ ਤੁਸੀਂ ਵੀ ਪੱਤਰਕਾਰੀ ਦੇ ਤੇ ਨਾਲ ਜੁੜੇ ਰਹੇ ਹੋ ਜੀ 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 ਪੱਤਰਕਾਰੀ ਤੇ ਮਤਲਬ ਚੰਡੀਗੜ੍ਹ ਆਨ ਕਰਕੇ ਕੀਤੀ ਸੀ ਓਡੇ ਓਡੇ ਜਾਵੇ ਸਾਡੇ ਹੱਥ ਚ ਨਾ ਆਵੇ ਮੱਲੋ ਮੱਲੀ ਫੁਲਕਾਰੀ ਤੇਰੀ ਪੱਗ ਤੇ ਸੱਚੀ ਸਾਨੂੰ ਤੇਰੇ ਉੱਤੇ ਇੰਨਾ ਹੈ ਯਕੀਨ ਜਿੰਨਾ ਕਰਦੇ ਭੋਲੇ ਜੇ ਬੰਦੇ ਰੱਬ ਤੇ ਵੀ ਸੋਸ਼ਲ ਵਿਖਰੀ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਸਵਾਗਤ ਕਰਦੀ ਆ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਇਸ ਬੇਹਦ ਖਾਸ ਇੰਟਰਵਿਊ ਦੇ ਵਿੱਚ ਸਾਡੇ ਨਾਲ ਹੋਣਗੇ ਗੁਰਸ਼ਪ ਗੁਰਸ਼ਬਦ ਗਾਇਕ ਵੀ ਨੇ ਅਤੇ ਅਦਾਕਾਰ ਵੀ ਨੇ ਹਾਲ ਹੀ ਦੇ ਵਿੱਚ ਇਹਨਾਂ ਦੀ ਨਵੀਂ ਐਲਬਮ ਪਹਿਲੀ ਐਲਬਮ ਦਿਵਾਨਾ ਰਿਲੀਜ਼ ਹੋਈ ਆ ਬਹੁਤ ਖੂਬਸੂਰਤ ਸਤ ਗੀਤ ਲੈ ਕੇ ਹਾਜ਼ਰ ਹੋਏ ਨੇ ਸਾਰੇ ਜਾਣੇ ਤੁਸੀਂ ਸੁਣ ਵੀ ਰਹੇ ਹੋ ਪਿਆਰ ਦੇ ਰਹੇ ਹੋ ਅਤੇ ਇਸ ਐਲਬਮ ਦੇ ਬਾਬਤ ਅੱਜ ਅਸੀਂ ਉਹਨਾਂ ਦੇ ਨਾਲ ਇਸ ਇੰਟਰਵਿਊ ਦੇ ਵਿੱਚ ਗੱਲਬਾਤ ਕਰਾਂਗੇ ਉਹਨਾਂ ਨੂੰ ਜੀ ਆਇਆਂ ਕਹਨੇ ਆ ਸਤਿ ਸ਼੍ਰੀ ਅਕਾਲ ਗੁਰਸ਼ਬਦ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਹੋ ਬਹੁਤ ਵਧੀਆ ਤੁਸੀਂ ਸੁਣਾਓ ਬਸ ਵਧੀਆ ਜੀ ਕਿਰਪਾ ਮਹਾਰਾਜ ਦੀ ਕਈ ਸਾਲਾਂ ਬਾਅਦ ਮਿਲ ਰਹੇ ਹਾਂ ਆਪਾਂ ਹਾਂ ਜੀ ਕਾਫੀ ਗੋਲਕ ਬੂਣੀ ਤੋਂ ਬਾਅਦ ਹਾਂ ਉਹਦੋਂ ਹਾਂਜੀ ਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡੀ ਪਹਿਲੀ ਐਲਬਮ ਦੇ ਲਈ ਪਿਛਲੀ ਇੰਟਰਵਿਊ ਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਤੁਸੀਂ ਕਹਿਆ ਸੀਗਾ ਕਿ ਬੰਦੇ ਦੀ ਗ੍ਰੋਥ ਸੈਜੀ ਹੋਣੀ ਚਾਹੀਦੀ ਆ ਤਾਂ ਉਹਦੀ ਸਫਲਤਾ ਵੀ ਉਹਦੇ ਕੋਲੇ ਸੈਜੀ ਸੈਜੀ ਹੋਣੀ ਚਾਹੀਦੀ ਆ ਤੇ ਤੁਸੀਂ ਵਾਕਈ ਸੈਜੇ ਚੱਲ ਰਹੇ ਹੋ 2014 ਚ ਸ਼ੁਰੂ ਹੋਈ ਸੀਗੀ ਤੁਸੀਂ ਤੇ ਹੁਣ ਆਲਮੋਸਟ 6-7 8 ਸਾਲਾਂ ਬਾਅਦ ਤੁਸੀਂ ਐਲਬਮ ਲੈ ਕੇ ਆਏ ਹੋ ਨਾ ਬਿਲਕੁਲ ਜੀ ਜਿਵੇਂ ਬੜੀ ਲਾਈਕ ਮਿਹਨਤ ਨਾਲ ਗੀਤ ਜੁੜੇ ਜਿਹੜੇ ਵੀ ਕੀਤੇ ਅਸੀਂ دیਵਾਨਾ ਐਲਬਮ ਦੇ ਵਿੱਚ ਤੇ ਕਾਫੀ ਲਾਈਕ ਮੈਨੂੰ ਲੱਗਦਾ ਕਿ ਸਾਲ ਹੋ ਗਿਆ ਮੈਂ ਇਸ ਚੀਜ਼ ਉੱਤੇ ਮਿਹਨਤ ਕਰ ਰਿਹਾ ਸੀ ਕਿ ਐਲਬਮ ਕਰਨੀ ਐਲਬਮ ਕਰਨੀ ਐਂਡ ਵਾਈਗਰੂ ਨੇ ਸਾਥ ਦਿੱਤਾ ਹੁਣ ਜਿਹੜੇ 7 ਗੀਤ ਨੇ ਉਹ ਸਾਰੇ ਸੁਣ ਰਹੇ ਨੇ ਵਧੀਆ ਲੱਗ ਰਹੇ ਸਭ ਨੂੰ ਸੋ ਸ਼ੁਕਰੀਆ ਬਸ ਮਾਰਾਇਦਾ ਐਲਬਮ ਨੂੰ ਵੀ ਨਾ ਸਾਰੇ ਨੇ ਛੋਟਾ ਕਰਤਾ ਸੀ ਈਪੀ ਰਿਲੀਜ਼ ਕਰਨ ਲੱਗੇ ਸੀ ਜੀ 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 ਸੋ ਉਹ ਨਹੀਂ ਤੁਸੀਂ ਸੋਚਿਆ ਕਿ ਈਪੀ ਕਰ ਦਿੰਨੇ ਆ ਹੁਣ ਟੀਪੀ ਦਾ ਟ੍ਰੈਂਡ ਚੱਲ ਰਿਹਾ ਪਹਿਲਾਂ ਮੈਂ ਸੋਚਿਆ ਸੀ ਮੈਂ ਕਿਹਾ ਚਲੋ ਚਾਰਕ ਗੀਤ ਕਰ ਦਿੰਨੇ ਆ ਈਪੀ ਕਰ ਦਿੰਨੇ ਆ ਫਿਰ ਮੈਨੂੰ ਲੱਗਾ ਕਿ ਯਾਰ ਈਪੀ ਚ ਨਾ ਇੱਕ ਫਲੇਵਰ ਦੇ ਗੀਤ ਹੁੰਦੇ ਆ ਤੇ ਐਲਬਮ ਦੇ ਵਿੱਚ ਤੁਸੀਂ ਵੱਧ ਫਲੇਵਰ ਪਾ ਸਕਦੇ ਹੋ ਚ ਪੰਗੜੇ ਵਾਲਾ ਗੀਤ ਵੀ ਪਾ ਸਕਦੇ ਜੇ ਰੋਮਾਂਟਿਕ ਵੀ ਸੈਡ ਵੀ ਸੋ ਮੈਂ ਸੋਚਿਆ ਕਿ ਨਹੀਂ ਯਾਰ ਐਲਬਮ ਕਰਦੇ ਕਿਉਂਕਿ ਹਰ ਤਰ੍ਹਾਂ ਦੇ ਆਡੀਅנס ਨੂੰ ਹਰ ਤਰ੍ਹਾਂ ਦੇ ਗੀਤ ਚਾਹੀਦੇ ਹੁੰਦੇ ਆ ਸੋ ਲੋਕਾਂ ਤੇ ਛੱਡ ਦੇਣਾ ਚਾਹੀਦਾ ਕਿ ਉਹਨਾਂ ਨੂੰ ਕਿਹੜਾ ਗੀਤ ਪਸੰਦ ਹੈ ਸੋ ਹੁਣ ਜਿਵੇਂ ਮੈਂ 7 ਗੀਤ ਕੀਤੇ ਨੇ ਤੇ ਜਦੋਂ ਕਿਸੇ ਨੂੰ ਪੁੱਛੀਏ ਕਿ ਤੁਹਾਨੂੰ ਕਿਹੜਾ ਪਸੰਦ ਆ ਤਾਂ ਕੋਈ ਕਹਿੰਦਾ ਕਿ ਮੈਨੂੰ ਉਹ ਪਸੰਦ ਆ ਕੋਈ ਕਹਿੰਦਾ ਉਹ ਪਸੰਦ ਆ ਸੋ ਮੈਨੂੰ ਲੱਗਦਾ ਕਿ ਬੈਟਰ ਆ ਗਾਹ ਕਦੀ ਸੋਚਾਂਗੇ ਈਪੀ ਬਾਰੇ ਜਦੋਂ ਕੋਈ ਥੀਮ ਐਲਬਮ ਕਰਨੀ ਹੋਈ ਅੱਜ ਸੋਨਪ੍ਰੀਤ ਸਵੇਰੇ ਤੁਹਾਡੇ ਗਾਣੇ ਸੁਣ ਰਹੇ ਸੀਗੇ دیਵਾਨਾ ਦੇ ਹੀ ਤੇ ਉਹ ਕਹਿੰਦੇ ਵੀ ਕਹਿੰਦੇ ਅੰਮ੍ਰਿਤਸਰ ਦੇ ਨਾ ਸਾਰੇ ਮੁੰਡੇ ਬਹੁਤ ਸੁਣਾ ਗਾਉਂਦੇ ਨੇ ਤੇ ਖਾਸ ਕਰ ਜਿਹੜੇ ਖਾਲਸਾ ਕਾਲਜ ਵਾਲੇ ਨੇ ਉੱਥੇ ਦੇ ਪਾਣੀ 'ਚ ਕੋਈ ਖਾਸ ਗੱਲ ਹੈ ਮੈਨੂੰ ਲੱਗਦਾ ਹੈਗੀ ਹੈ ਕਿਉਂਕਿ ਜਦੋਂ ਉੱਥੇ ਜਾ ਕੇ ਚੀਜ਼ਾਂ ਨੂੰ ਬਣੀਆਂ ਖਾਲਸਾ ਕਾਲਜ ਦੇ ਵਿੱਚ ਜਾ ਕੇ ਚੀਜ਼ਾਂ ਬਣੀਆਂ ਉਹਨਾਂ ਦਾ ਇੱਕ ਅਲੱਗ ਲਾਈਕ ਸਟੇਟਸ ਆ ਉਹਨਾਂ ਚੀਜ਼ਾਂ ਦਾ ਕਿਉਂਕਿ ਤੁਸੀਂ ਕਿਸੇ ਨੂੰ ਵੀ ਵੇਖ ਲਓ ਕਿ ਜਦੋਂ ਵੀ ਕੋਈ ਕਾਲਜ ਬੇਸਿਕਲੀ ਸਾਰੇ ਕਾਲਜਾਂ ਦਾ ਇਹ ਸਿਸਟਮ ਹੁੰਦਾ ਜਦੋਂ ਆਪਾਂ ਕਾਲਜ ਦੇ ਵਿੱਚ ਜਾਂਦੇ ਨਾ ਫਿਰ ਤੁਸੀਂ ਬਣਨਾ ਸ਼ੁਰੂ ਫਿਰ ਤੁਸੀਂ ਫਿਰ ਤੁਹਾਡੀ ਇੱਕ ਕੰਸਟਰਕਸ਼ਨ ਹੁੰਦੀ ਹੈ ਫਿਰ ਉਹ ਹੀ ਸਾਡੇ ਸਰ ਸ਼ੇਰ ਮਾਰ ਦੇ ਮਾਰਦੇ ਹੀ ਹੁੰਦੇ ਹੋ ਹਰ ਗੱਲ 'ਚ ਮਾਰ ਦਿੰਦੇ ਠੀਕ ਹੈ ਕਹਿੰਦੇ ਵੀ ਨਹੀਂ ਮਾਰ ਉਹ ਕਹਿੰਦੇ ਕਿ ਪੱਥਰ ਤਾਂ ਉਹ ਹੀ ਮਨਾ ਰਿਆਂ ਤੇ ਸੋਭਦੇ ਨੇ ਜੋ ਟੁੱਟ ਜਾਣਾ ਜਾਂ ਤਰਾਸ਼ੇ ਜਾਣਾ ਪਸੰਦ ਕਰਦੇ ਨੇ ਸੋ ਟੁੱਟਣਾ ਜ਼ਰੂਰੀ ਹੁੰਦਾ ਆ ਸੋ ਆਪਾਂ ਜਦੋਂ ਕਾਲਜ ਜੁਨੀਵਰਸਿਟੀਆਂ ਜਾਂਦੇ ਆ ਇਵਨ ਜਦੋਂ ਇਸ ਫੀਲਡ 'ਚ ਵੀ ਆਈਦਾ ਬੜੀ ਬੜੀ ਦਿਲ ਵੀ ਟੁੱਟਦਾ ਕਿ ਨਹੀਂ ਯਾਰ ਆ ਚੀਜ਼ ਨਹੀਂ ਚੱਲੀ ਆ ਚੀਜ਼ ਇਦਾਂ ਆ ਪਰ ਇਹ ਕਿ ਉਹ ਟੁੱਟਣਾ ਜ਼ਰੂਰੀ ਆ ਸੋ ਤਾਂ ਹੀ ਮਹਿਲਾਂ ਤੇ ਲੱਗਿਆਂਗਾ ਸੋ ਇਸ ਐਲਬਮ ਦਾ ਕਿਦਾਂ ਦਾ ਰਿਸਪੌਂਸ ਤੁਹਾਨੂੰ ਮਿਲ ਰਿਹਾ ਹਾਂਜੀ ਅਜੇ ਕੱਲ ਪਰਸੋ ਸੀ ਰਿਲੀਜ਼ ਕੀਤੀ ਆ ਬਟ ਹੁਣ ਅੱਜ ਜਿਵੇਂ ਪਹਿਲਾਂ ਹੁੰਦਾ ਕਿ ਤੁਹਾਨੂੰ ਤੁਹਾਡੇ ਜਿਹੜੇ ਖਾਸ ਬੰਦੇ ਨੇ ਉਹ ਰਿਸਪੌਂਡ ਕਰਦੇ ਨੇ ਉਹ ਤੁਹਾਨੂੰ ਪਹਿਲਾਂ ਸਹੀ ਕਹ ਦਿੰਦੇ ਯਾਰ ਆ ਗਾਣਾ ਨਹੀਂ ਵਧੀਆ ਪਰ ਜਿੰਨੇ ਵੀ ਆਪਣੇ ਬੰਦੇ ਨੇ ਜਿਵੇਂ ਸਾਡੇ ਯੋਧਾ ਭਾਜੀ ਨੇ ਆਪਣੇ ਹਾਂਜੀ ਰੇਡੀਓ ਨਾਲ ਉਹਦੇ ਉੱਤੇ ਹਾਂਜੀ ਹਾਂਜੀ ਤੇ ਉਹ ਹਮੇਸ਼ਾ ਜਿਵੇਂ ਹਮੇਸ਼ਾ ਉਹ ਸਿੱਧੀ ਗੱਲ ਕਹਿੰਦੇ ਯਾਰ ਆ ਨਹੀਂ ਵਧੀਆ ਤੇ ਉਹਨਾਂ ਦਾ ਜਦੋਂ ਮੈਸੇਜ ਆਇਆ ਉਹਨਾਂ ਦਾ ਬਹੁਤ ਖੁਸ਼ ਸੀਗੇ ਬੰਦੇ ਯਾਰ ਏਡੀ ਸੋਹਣੀ ਐਲਬਮ ਅਨਮੇਲਾ ਦਾ ਪਿਛਲੇ 10 ਸਾਲਾਂ ਚ ਮੈਂ ਸਭ ਤੋਂ ਸੋਹਣੀ ਐਲਬਮ ਸੁਣ ਰਿਹਾ ਸੋ ਇਹ ਚੀਜ਼ਾਂ ਬੜੀਆਂ ਕਾਊਂਟ ਕਰਦੇ ਨੇ ਕਿਉਂਕਿ ਜਿੰਨਾ ਕਿਉਂਕਿ ਹਰ ਕੋਈ ਤੁਹਾਨੂੰ ਕਹਿ ਸਕਦਾ ਕਿ ਯਾਰ ਵਧੀਆ ਵਧੀਆ ਪਰ ਜਿਹੜੇ ਬੰਦੇ ਤਾਂ ਨਹੀਂ ਪਹਿਲਾਂ ਵੀ ਚੀਜ਼ਾਂ ਨੂੰ ਕਹਿੰਦੇ ਰਹੇ ਕਿ ਨਹੀਂ ਸਹੀ ਆ ਨਹੀਂ ਸਹੀ ਆ ਸਹੀ ਆ ਉਹਨਾਂ ਨੇ ਜਦੋਂ ਕਹਿਤਾ ਤੇ ਉਹ ਬਹੁਤ ਵੱਡੀ ਚੀਜ਼ ਆ ਸਕਦੀ ਹੈ वैसे भी वो बंदे दा उस उस बंदे दी ग्रोथ होनी लाज़मी हुंदी है जिदे आले दोने बहुत सारे क्रिटिक्स हुंदे हैं जी <laughs> <laughs> so, है? जी जी है ना प्रशंसा करने दे नाल बिल्कुल बहुत ਸਾਡੇ ਤੇ ਸਿੱਧੇ ਮੂੰਹ ਤੇ ਕਹਿ ਦਿੰਦੇ ਯਾਰ ਆ ਚੀਜ਼ ਨਹੀਂ ਵਧੀਆ हां बिल्कुल सही है ए ਚੀਜ਼ਾਂ ਜ਼ਰੂਰੀ ਨੇ ਤੁਹਾਡੇ ਪਿੰਡ ਦਾ ਕੀ ਨਾਮ ਹੈ रामਪੁਰ ਭੂਤਵਿੰਡ ਜੀ ਤੁਸੀਂ ਜਾਣ ਕੇ ਪੁੱਛਿਆ ਇਹ ਮੈਨੂੰ ਸਰਵੀ ਨੇ ਸਵਾਲ ਦਿੱਤਾ ਸੀ اچھا ਜੀ ਨਹੀਂ रामਪੁਰ ਭੂਤਵਿੰਡ ਆ ਜੀ ਔਰ ਭੂਤਵਿੰਡ ਪਤਾ ਨਹੀਂ ਕਿਉਂ ਕਹਿੰਦੇ ਆ ਪਰ ਮੈਂ ਇੱਕ ਵਾਰੀ ਆਪਣੇ ਦਾਦੀ ਨੂੰ ਪੁੱਛਿਆ ਸੀਗਾ ਹੂੰ ਉਦੋਂ ਮੇਰੇ ਚਾਚੇ ਦਾ ਵਿਆਹ ਸੀ ਨਿੱਕਾ ਹੁੰਦਾ ਸੀ ਮੈਂ ਕਿਹਾ ਦਾਦੀ ਬੇਬੀ ਕਹਿੰਦੇ ਐ ਨਾ ਬੇਬੀ ਭੂਤਵਿੰਡ ਕਿਉਂ ਕਹਿੰਦੇ ਨੇ ਆਂਦੀ ਉਹ ਸਾਰੇ ਭੂਤ ਹੀ ਨੱਚ ਰਹੇ ਆ ਅੱਛਾ ਉਹਨਾਂ ਨੇ ਤੇ ਆਪਣੇ ਹਿਸਾਬ ਨਾਲ ਪਰ ਮੈਨੂੰ ਆਪ ਨੂੰ ਨਹੀਂ ਪਤਾ ਕਿ ਕਿਉਂ ਕਹਿੰਦੇ ਅੱਛਾ ਕੋਈ ਮੇਥੀ ਆ ਕੋਈ ਤੁਹਾਨੂੰ ਮਤਲਬ ਫਨੀ ਲੱਗਦਾ ਤੁਹਾਡੇ ਪਿੰਡ ਦਾ ਨਾਮ ਨਹੀਂ ਵਧੀਆ ਨਾਮ ਮੈਨੂੰ ਸਾਡੇ ਉਥੇ ਕਹਿੰਦੇ ਆ ਭੂਤਵਿੰਡੀ ਹੈਗੀ ਆਲੀ ਬਸ ਤਾਂ ਹੁੰਦਾ ਨਾ ਪਿੰਡ ਦੇ ਨਾਮ ਨਾਲ ਬੁਲਾਉਣਾ ਸੋ ਵਧੀਆ ਲੱਗਦਾ ਨਾ ਮਤਲਬ ਕਿਉਂਕਿ ਹਿਸਟਰੀ ਵੀ ਉਹਦੀ ਕੋਈ ਲਾਈਕ ਕੋਈ ਭਾਰਤਵਾਜ ਫੈਮਲੀਜ਼ ਨਾਲ ਜੁੜੀ ਹੈ ਕੋਈ ਹਿਸਟਰੀ ਅੱਛਾ ਉਹ ਜਿਹੜਾ ਉਹਨਾਂ ਦੇ ਉੱਥੇ ਹੈਗਾ ਮੰਦਿਰ ਆ ਪੁਰਾਣਾ ਕਿਤੇ ਉਹਨਾਂ ਨਾਲ ਜੁੜੀ ਆ ਬਾਕੀ ਮੈਂ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਬਹੁਤੀ ਜਾਣਨ ਦੀ ਮੈਨੂੰ ਉਹ ਲਤਫਾ ਹੁੰਦਾ ਪੂਤ ਪਿੰਡ ਸੁਣ ਕੇ ਹੂੰ ਬਿਲਕੁਲ ਜੀ ਮੈਨੂੰ ਆਪਾਂ ਦੋ ਵਾਰੀ ਵੈਸੇ ਇੰਟਰਵਿਊ ਕੀਤਾ ਪਰ ਮੈਨੂੰ ਸੱਚੀ ਪਹਿਲਾਂ ਨਹੀਂ ਸੀ ਪਤਾ ਕਿ ਤੁਸੀਂ ਵੀ ਪੱਤਰਕਾਰੀ ਦੇ ਤੇ ਨਾਲ ਜੁੜੇ ਰਹੇ ਹੋ ਹਾਂ ਜੀ 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 ਤੇ ਫਿਰ ਉਧਰੋਂ ਇੱਧਰ ਤੇ ਪੱਤਰਕਾਰੀ ਕਿਉਂ ਛੱਡੀ ਨੀ ਪੱਤਰਕਾਰੀ ਤੇ ਮਤਲਬ ਚੰਡੀਗੜ੍ਹ ਆਨ ਕਰਕੇ ਕੀਤੀ ਸੀ ਅੱਛਾ ਕਿਉਂਕਿ ਖਾਲਸਾ ਕਾਲ ਜਦੋਂ ਪੜਦੇ ਹਾਂ ਤੇ ਆ ਨਿਊਜ਼ ਚੈਨਲ ਜਿਹੜੇ ਨੇ ਉਹਨਾਂ ਦਾ ਸੀਗਾ ਆਡੀਸ਼ਨ ਸੀਗਾ ਆਡੀਸ਼ਨ ਤੋਂ ਬਾਅਦ ਮੈਨੂੰ ਸੀਗਾ ਚਲੋ ਚੰਡੀਗੜ੍ਹ ਜਾਣੇ ਆ ਕੁਝ ਹੋਰ ਵੀ ਕਰ ਲਾਂਗੇ ਮੈਨੂੰ ਹੁੰਦਾ ਕਿ ਯਾਰ ਨਵੀਂ ਚੀਜ਼ ਸਿੱਖੋ ਬੇਸਿਕਲੀ ਸੋ ਤਾਂ ਫਿਰ ਉਹ ਚੀਜ਼ ਉਹਦਾ ਫਾਇਦਾ ਵੀ ਬਹੁਤ ਆ ਅੱਛਾ ਮਤਲਬ ਕਈ ਚੀਜ਼ਾਂ ਨੇ ਜਿਹੜੀਆਂ ਐਕਟਿੰਗ 'ਚ ਵੀ ਲਾਈਕ ਕੰਮ ਆਈਆਂ ਕਈ ਚੀਜ਼ਾਂ ਨੇ ਜਿਵੇਂ ਸਾਨੂੰ ਕੈਮਰਾ ਐਂਗਲ ਉਹਨੂੰ ਸਿਖਾਏ ਗਏ ਉਹਦੇ ਵਿੱਚ ਲਿਖਣਾ ਜੋ ਵੀ ਸੋਚ ਕੇ ਬੋਲਣਾ ਉਹ ਚੀਜ਼ਾਂ ਕਾਫੀ ਲਾਈਕ ਔਰ ਜ਼ਿੰਦਗੀ ਦੇ ਵਿੱਚ ਹਰ ਚੀਜ਼ ਹੀ ਤੁਹਾਨੂੰ ਕਿਤੇ ਨਾ ਕਿਤੇ ਕਿਤੇ ਨਾ ਹੈਲਪ ਕਰਦੀ ਆ ਸੋ ਉਹਨੇ ਚੀਜ਼ ਨੇ ਵੀ ਬਹੁਤ ਹੈਲਪ ਮੈ ਕਾਰਪੋਰੇਟ ਦਾ ਮਾਹੌਲ ਉੱਥੇ ਵੇਖਿਆ ਪਹਿਲੀ ਵਾਰ ਨਹੀਂ ਤੇ ਅਸੀਂ ਕਿੱਥੋਂ ਵੇਖਣਾ ਸੀ ਸੋ ਕਾਰਪੋਰੇਟ ਦਾ ਮਾਹੌਲ ਆਫਿਸ 'ਚ ਬਹਿਣਾ 8 9 ਘੰਟੇ ਜੌਬ ਕਰਨੀ ਉਹ ਮੇਰੇ ਲਈ ਬੜਾ ਨਵਾਂ ਸੀ ਸਭ ਕੁਝ ਔਰ ਇਹ ਵਧੀਆ ਲੱਗਾ ਉਹ ਵੀ ਵਧੀਆ ਸੀ ਸਭ ਕੁਝ ਕੀ ਕਰਦੇ ਹੁੰਦੇ ਸੀਗੀ ਤੁਸੀਂ ਉੱਥੇ ਮੈਂ ਜੀ ਪ੍ਰੋਗਰਾਮਿੰਗ 'ਚ ਸੀਗਾ ਪਹਿਲਾਂ ਇੱਕ ਉੱਥੇ ਹੁੰਦਾ ਸੀ ਪ੍ਰੋਗਰਾਮ 24 24 ਉਹ ਕਰਦੇ ਸੀਗੀ ਫਿਰ ਵਿੱਚ ਉਹਦੇ ਡਾਕੂਮੈਂਟਰੀਸ ਵੀ ਬਣਾਈਆਂ। ਹੂੰ। ਸੋ ਇਹ ਸਾਰਾ ਕੁਝ ਸਾਰੇ ਕਾਸੇ ਦੇ ਵਿੱਚ ਸੀਗੇ। ਸਾਢੇ ਡੇਢ ਤੋਂ ਸਾਲ ਕੀਤੀ ਜੌਬ। ਉਸ ਤੋਂ ਬਾਅਦ ਫਿਰ ਮੈਂ ਐਲਬਮ ਸੌਰੀ ਗਾਣਾ ਕੀਤਾ ਸੀ ਆ ਵਾਰ ਭਗਤ ਸਿੰਘ। ਹਾਂਜੀ ਹਾਂਜੀ। ਹਾਂਜੀ। ਥੋੜਾ ਜਿਹੀ ਕੀਤੀ ਜੌਬ ਮਤਲਬ। ਅੱਛਾ। ਤੁਹਾਡੀ دیਵਾਨਾ ਐਲਬਮ ਦੀ ਆਪਾਂ ਗੱਲ ਕਰਦੇ ਹਾਂ। ਅੱਜਕੱਲ ਸਿਰਫ ਤੁਹਾਡੀ ਐਲਬਮ ਵੀ ਨਹੀਂ ਆਪਾਂ ਹੋਰ ਵੀ ਜਿੰਨੇ ਗਾਣੇ ਆ ਰਹੇ ਨੇਗੇ ਭਾਵੇਂ ਉਹਨਾਂ ਦੀ ਸ਼ਬਦਾਵਲੀ ਠੇਠ ਪੰਜਾਬੀ ਹੋਵੇ, ਮੁਹਾਵਰਾ ਪੰਜਾਬੀ ਹੋਵੇ। ਜੀ ਜੀ। ਪਰ ਭਾਜੀ ਉਹਨਾਂ ਦੀ ਪ੍ਰੈਜੈਂਟੇਸ਼ਨ ਇੰਗਲਿਸ਼ ਹੋਣ ਲੱਗੀ। ਇਹ ਕੋਈ ਖਾਸ ਕਰ ਰਹੇ ਆ? ਅਪਾ ਹੁਣ ਜਿਵੇਂ ਤੁਹਾਡਾ ਵੀ ਸੇਮ ਟਾਊਨ ਗਾਣੀ ਦੀ ਵੀਡੀਓ ਰਿਲੀਜ਼ ਹੋਈ ਉਹ ਕੁਝ ਵੀ ਦੇਖ ਸਕਦੇ ਆ ਜਾਂ ਕੁਝ ਟਾਈਟਲ ਤੁਸੀਂ ਅੰਗਰੇਜ਼ੀ ਦੇ ਰੱਖੇ ਨੇਗੇ ਕੁਝ ਨੇ ਜਿਹੜੇ ਉਹ ਪੰਜਾਬੀ ਦੇ ਰੱਖੇ ਨੇ ਜਾਂ ਜਿਸ ਤਰੀਕੇ ਦੇ ਤੁਹਾਡੀ ਲੁੱਕ ਬਾਹਰ ਆਈ ਆ ਹਨਾ ਜਿਵੇਂ ਦੀ ਪ੍ਰੈਜੈਂਟੇਸ਼ਨ ਉਸ ਐਲਬਮ ਦੀ ਬਾਹਰ ਆਈ ਆ ਉਹ ਇੰਗਲਿਸ਼ ਲੁੱਕ ਕਹਿ ਦਿੰਨੇ ਆਪਾਂ ਉਹਨੂੰ ਹਨਾ ਜਾਂ ਆਪਾਂ ਕਹਿੰਦੇ ਨੇ ਵੀ ਰਿਚ ਲੁੱਕ ਜਿੰਨੇ ਜ਼ਿਆਦਾ ਨਹੀਂ ਪਤਾ ਮੇਰੇ ਅਰਗੇ ਨੂੰ ਹਨਾ ਨਹੀਂ ਨਹੀਂ ਚਲ ਉਹ ਐਕਚੁਅਲੀ ਮੈਨੂੰ ਲੱਗਦਾ ਕਿ ਬੇਸਿਕਲੀ ਹੁਣ ਜੇ ਸਮੇਂ ਦੇ ਨਾਲ ਚੇਂਜ ਹੋਣਾ ਪੈਂਦਾ ਕਿਉਂਕਿ ਪਰ ਇਹਤੋਂ ਮਤਲਬ ਇਹਦੇ ਵਿੱਚ ਇਹ ਹੈ ਕਿ ਜਿਵੇਂ ਹੁਣ ਆਪਣੇ ਮੋਸਟਲੀ ਪੰਜਾਬ ਬਾਹਰ ਚਲ ਗਿਆ ਸਾਡਾ ਯੂਥ ਬਾਹਰ ਆ ਸੋ ਉਹਨਾਂ ਨਾਲ ਰਿਲੇਟ ਕਰਨਾ ਵੀ ਬਹੁਤ ਜ਼ਰੂਰੀ ਹੈ ਸੋ ਜੇ ਆਪਾਂ ਨਹੀਂ ਰਿਲੇਟ ਕਰਾਂਗੇ ਅਜੇ ਵੀ ਉਹਨਾਂ ਚੀਜ਼ਾਂ ਤੇ ਵਿੱਚ ਲੱਗੇ ਰਵਾਂਗੇ ਤਾਂ ਕਿਤਨਾ ਕਿਤੇ ਪਿੱਛੇ ਰਹਿਣ ਦੇ ਅਸਾਰ ਬਣ ਜਾਣਗੇ ਸੋ ਬੇਸਿਕਲੀ ਤੁਸੀਂ دیਵਾਨਾ ਗਾਣਾ ਸੁਣਿਆ ਹੋਣਾ ਟੇਲਜ਼ ਸੁਣਿਆ ਹੋਣਾ ਅਸੀਂ ਉਹਦੇ ਵਿੱਚ ਜਿੰਨੀ ਜਿਹੜੇ ਲਫ਼ਜ਼ ਨੇ ਸਾਡੀ ਸ਼ਬਦਾਵਲੀ ਜਿਹੜੀ ਆ ਉਹ ਅਸੀਂ ਠੇਠ ਹੀ ਰੱਖੀ ਆ ਪਰ ਕੁਝ ਕੁ ਜਿਵੇਂ ਸੇਮ ਟਾਊਨ ਦੇ ਵਿੱਚ ਅੰਗਰੇਜ਼ੀ ਦੇ ਲਫ਼ਜ਼ ਨੇ ਸੋ ਮੈਨੂੰ ਲੱਗਦਾ ਹੁੰਦਾ ਕਿ ਹਰ ਲੈਂਗੁਏਜ ਸੋਹਣੀ ਆ ਹਰ ਲੈਂਗੁਏਜ ਦਾ ਇੱਕ ਆਪਣਾ ਮਜ਼ਾ ਆ ਸੋ ਪੰਜਾਬੀ ਦੇ ਨਾਲ ਜਦੋਂ ਅੰਗਰੇਜ਼ੀ ਦੇ ਕੁਝ ਲਫ਼ਜ਼ ਆਉਂਦੇ ਕਿਉਂਕਿ ਅੱਜ ਕੱਲ ਜਿਵੇਂ ਤੁਸੀਂ ਇਕੱਲੇ ਬਾਹਰ ਵਾਲੇ ਬੱਚੇ ਨੇ ਉਹ ਜਦੋਂ ਇੱਥੇ ਆ ਕੇ ਪੰਜਾਬੀ ਠੇਠ ਜੀ ਪੰਜਾਬੀ ਦੇ ਨਾਲ ਅੰਗਰੇਜ਼ੀ ਦੇ ਲਫ਼ਜ਼ ਬੋਲਦੇ ਬਹੁਤ ਸੋਹਣੇ ਲੱਗਦੇ ਆ ਔਰ ਆਰਟ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਬੈਨੀਫਿਟ ਹੀ ਇਹ ਆ ਕਿ ਤੁਸੀਂ ਹਰ ਭਾਸ਼ਾ ਨੂੰ ਇਕੱਠਾ ਕਰਕੇ ਆਪਣੇ ਲਫ਼ਜ਼ਾਂ ਚ ਆਪਣੇ ਤਰੀਕੇ ਨਾਲ ਆਪਣੀ ਕੰਪੋਜੀਸ਼ਨ ਛਟਾਲ ਕੇ ਕਹਿ ਸਕਦੇ ਜੀ ਸੋ ਇਹਦਾਂ ਇੱਕ ਇੱਕ ਰਿਚ ਲੈਂਗੁਏਜਸ ਬਣਦੀਆਂ ਨੇ ਆਪ ਤੁਸੀਂ ਵੇਖੋ ਨਾ ਕਿ ਜਦੋਂ ਕੋਈ ਲੈਂਗੁਏਜ ਦੇ ਨਾਲ ਕੋਈ ਲੈਂਗੁਏਜ ਖਹਿ ਕੇ ਬੋਲੀਏ ਹਾਂਜੀ ਤੇ ਉਹਦਾ ਇੱਕ ਆਪਣਾ ਇੰਪੈਕਟ ਪੈਂਦਾ ਮੈਂ ਕਹਿੰਦੀ ਵੇਖਦਾ ਹੁੰਦਾ ਮੈਂ ਕਹਾਂ ਯਾਰ ਜਦੋਂ ਜਦੋਂ ਬਾਹਰ ਜਾਈਏ ਨਾ ਤੇ ਕਈ ਬੰਦੇ ਹੁੰਦੇ ਬਿਲਕੁਲ ਜੈਂਟਲਮੈਨ ਸਿੱਖ ਸਰਦਾਰ ਜਿਹੜੇ ਉਹ ਕਈ ਵਾਰੀ ਪੰਜਾਬੀ ਬੋਲਦੇ ਪੰਜਾਬੀ ਬੋਲਦੇ ਬੋਲਦੇ ਕਹਿੰਦੇ ਐਸੇ ਆਦੇ ਸਿੱਕੋ ਰਹੀ ਆਇਆ ਉਹ ਮਤਲਬ ਆਪਣੇ ਆਪ ਤੇ ਚੇਂਜ ਓਵਰ ਬਹੁਤ ਵਧੀਆ ਲੱਗਦਾ ਵਧੀਆ ਲੱਗਦਾ ਸੋ ਮੈਂ ਦੈਟਸ ਵਾਈ ਮੈਨ ਲੱਗਦਾ ਹੁੰਦਾ ਕਿ ਠੇਠ ਪਲੱਸ ਅਦਰ ਲੈਂਗੁਏਜ ਭਾਵੇਂ ਹਿੰਦੀ ਹੋਵੇ ਅੰਗਰੇਜ਼ੀ ਹੋਵੇ ਮਹਾਰਾਸ਼ਟਰੀਨ ਹੋਵੇ ਫਾਰਸੀ ਹੋਵੇ ਸੋ ਇੱਕ ਜ਼ਰੂਰੀ ਨੇ ਕੰਬੀਨੇਸ਼ਨਸ ਔਰ ਕੰਬੀਨੇਸ਼ਨਸ ਚੰਗੇ ਲੱਗਦੇ ਹਮੇਸ਼ਾ ਇੱਕ ਜਦੋਂ ਹੁਣ ਤੁਹਾਡੀ ਐਲਬਮ ਉਹ ਰਿਦਮ ਵੌਇਸ ਐਂਟਰਟੇਨਮੈਂਟ ਤੋਂ ਨਾ ਕਿ ਓਪਨ ਮਾਈਕ ਸਟੂਡੀਓ ਤੋਂ ਆਉਂਦੀ ਆ ਨਾ ਭਾਵੇਂ ਮਤਲਬ ਕੋਈ ਗੱਲ ਵਿਚੋ ਨਾ ਹੋਵੇ ਆਪਾਂ ਨੂੰ ਐਵੇਂ ਹੁੰਦਾ ਕਿਤੇ ਲੜਦਾ ਨਹੀਂ ਪਏ ਨਹੀਂ 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 ਜੀ ਲੜੇ ਲੜ ਇਦਾਂ ਦਾ ਕੁਝ ਨਹੀਂ ਸਾਡਾ ਉਹ ਐਕਚੁਅਲੀ ਕੀ ਸੀਗਾ ਕਿ ਉਹ ਜਿਵੇਂ ਇਹ ਜਿਹੜੀ ਓਪਨ ਮਾਈਕ ਸਟੂਡੀਓ ਦਾ ਯਵਰਾਜ ਤੋਂਗ ਤੇ ਰਤਨਵੀਰ ਇਸ ਇਹਨਾਂ ਨਾਲ ਮੇਰਾ ਬਹੁਤ ਪਿਆਰ ਆ ਸ਼ੁਰੂ ਤੋਂ ਹੀ ਤੇ ਅਸੀਂ ਜਿਵੇਂ ਕਹਿੰਦੇ ਸੀ ਕੰਪਨੀ ਕਰਨੀ ਸ਼ੁਰੂ ਫਿਰ ਅਸੀਂ ਇਕੱਠਿਆਂ ਹੀ ਕੰਪਨੀ ਸ਼ੁਰੂ ਕੀਤੀ ਆ ਸੋ ਉਹਦੇ ਵਿੱਚ ਫਿਰ ਮੈਂ ਕਿਹਾ ਚਲੋ ਇੱਕ ਐਲਬਮ ਕਰਦੇ ਆਪਾਂ ਹਣਾ ਤੇ ਅਮਰਿੰਦਰ ਭਾਈ ਨੂੰ ਵੀ ਪੁੱਛਿਆ ਮੈਂ ਕਿ ਕਰਦਾ ਮਤਲਬ ਉਹਦੇ ਵਧੀਆ ਚਲੋ ਕਰੋ ਖਿੱਚੋ ਕੰਮ ਸੋ ਇਦਾਂ ਦਾ ਕੋਈ ਚੱਕਰ ਨਹੀਂ ਹੈ ਸਾਰਾ ਅਸੀਂ ਅਜੇ ਵੀ ਮੇਰੀ ਕਾਰਜਪਾਹੀ ਨਾਲ ਪਰਸੋਂ ਹੀ ਗੱਲ ਹੋਈ ਹੈ ਸੋ ਸਾਰਾ ਕੁਝ ਇਕੱਠਾ ਹੀ ਹੈ ਸੋ ਓਪਨ ਮਾਈਕ ਸਟੂਡੀਓ ਦੇ ਵਿੱਚ ਕਿਦਾਂ ਦਾ ਕੰਟੈਂਟ ਤੁਸੀਂ ਲੈ ਕੇ ਆ ਰਹੇ ਹੋ ਜਾਂ ਕੀ ਵੀ ਨਾ ਸੋਚਿਆ ਅਸੀਂ ਨਾ ਇਹਦੀ ਸ਼ੁਰੂਆਤ ਤੁਹਾਡੇ ਐਲਬਮ ਦੇ ਨਾਲ ਹੀ ਹੋਈ ਹੈ ਨਹੀਂ ਨਹੀਂ ਪਹਿਲਾਂ ਉਹ ਇਹਨਾਂ ਗੀਤ ਹੀ ਹੋਈ ਸੀ ਪਰ ਹੁਣ ਮੇਰੇ ਮੈਂ ਜਦੋਂ ਆਇਆ ਮੈਂ ਆਪਾਂ ਥੋੜਾ ਜਿਹਾ ਕੰਟੈਂਟ ਚੇਂਜ ਕੀਤਾ ਜਿਵੇਂ ਜਿਵੇਂ ਅਸੀਂ ਆ ਐਲਬਮ ਕੀਤੀ ਐਲਬਮ ਦੇ ਵਿੱਚ ਜਿਹੜੇ ਵੀ ਗੀਤ ਨੇ ਜਿੱਦਾਂ ਦੇ ਵੀ ਗੀਤ ਨੇ ਉਹ ਉਦਾਂ ਦਾ ਕੰਟੈਂਟ ਰੱਖਾਂਗੇ ਤਾਂ ਕਿ ਥੋੜਾ ਜਿਹਾ ਪੰਜਾਬੀ ਥੋੜਾ ਜਿਹਾ ਮਿਕਸ ਜਿਵੇਂ دیਵਾਨਾ ਗਾਣਾ ਆ ਪੋਇਟਰੀ ਹਾਂਜੀ ਐਂਡ ਥੋੜਾ ਜਿਹਾ ਜਿਵੇਂ ਹੋਰ ਵੀ ਸਾਡੇ ਕੁੜੀ ਤੋਂ ਕਰਾਚੀ ਦੀ ਥੋੜਾ ਲੈਂਦੇ ਪੰਜਾਬ ਨੂੰ ਵੀ ਲੂਪ ਚ ਰੱਖ ਕੇ ਸੋ ਉਦਾਂ ਦਾ ਕੰਟੈਂਟ ਹੀ ਕਰਾਂਗੇ ਜਿੰਦਾਂ ਦਾ ਮੈਂ ਪਹਿਲਾਂ ਕਰਦਾ ਆਂ ਔਰ ਕੋਸ਼ਿਸ਼ ਕਰੂੰਗਾ ਕਿ ਉਹਦੇ ਵਿੱਚ ਵੀ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰੀਏ ਇੱਕ ਸਵਾਲ ਮੈਂ ਤੁਹਾਨੂੰ ਕੱਲ ਵੀ ਫੋਨ ਤੇ ਕਹਿੰਦੀ ਸੀਗੀ ਵੀ ਇੱਕੋ ਹੀ ਸ਼ਿਕਾਇਤ ਆ ਵੀ ਗਾਣਿਆਂ ਦੀ ਡਿਊਰੇਸ਼ਨ ਕਦੇ ਨਹੀਂ ਘੱਟ ਰੱਖੀਆਂ ਬੰਦਾ ਗੇਰ ਨਹੀਂ ਬਦਲਦਾ ਗਾਣਾ ਖਤਮ ਹੋ ਜਾਂਦਾ ਇਹ 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 ਰਜਾਨ ਵੀ ਕਿਉਂ ਚੱਲ ਪਿਆ ਵੈਸੇ ਦੂਜੇ ਪਾਸੇ ਸਰਤਾਜ ਰੌਣ ਦਾ 8 ਮਿੰਟ ਲੰਬਾ ਵੀ ਗੀਤ ਆਉਂਦਾ ਹੈ ਅਸੀਂ ਉਹ ਵੀ ਸੁਣ ਲੈਣੇ ਆ ਬਿਲਕੁਲ ਬਿਲਕੁਲ ਬਸ ਜੀ ਉਹ ਜਿਵੇਂ ਕਹਿ ਸਕਦੇ ਆ ਕਿ 2020 ਦਾ ਜ਼ਮਾਨਾ ਨਾ ਤੇ 8 ਮਿੰਟ ਤੁਸੀਂ ਸੁਣਦੇ ਹੋ ਪਰ ਬਹੁਤ ਰੇਸ਼ੋ ਜਿਹੜੀ ਮਤਲਬ ਲਗਾ 85% ਲੋਕ ਨੇ ਜਿਹੜੇ ਥੋੜੇ ਜਿਵੇਂ ਲਾ ਲੋ ਕਿ ਜਲਦੀ ਭਾਂਡਾ ਭਰ ਜਾਂਦਾ ਅੱਜ ਕੱਲ ਸੋ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਸੋਚਿਆ ਕਿ ਥੋੜੇ ਜੇ ਸ਼ਾਰਟ ਗੱਲ ਕੀਤੀ ਜਾਵੇ ਪਰ ਗੱਲ ਇਦਾਂ ਦੀ ਕੀਤੀ ਜਾਵੇ ਕਿ ਉਹ ਇੱਕ ਜ਼ੈਨ ਚ ਫਸੇ ਜਿਵੇਂ ਉਹ ਗੱਲ ਇੱਕੋ ਸ਼ਹਿਰ ਚ ਰਹਿੰਦੇ ਆ ਪਰ ਮਿਲਦੇ ਨਹੀਂ ਸੋ ਉਹ ਗੱਲਾਂ ਕੱਲ ਮੈਨੂੰ ਮੇਰੇ ਫਰੈਂਡ ਨੇ ਯਵਰਾਜ ਤੁੰਗ ਜਿਹੜੇ ਉਹਦੇ ਮੈਂ ਆਪਣੀ ਜਿੱਦਨ ਦੀ ਐਲਬਮ ਦੀ ਤਿਆਰੀ ਚੱਲ ਰਹੀ ਹੈ ਤੇ ਉਹ ਕਹਿੰਦੇ ਮੈਂ ਐਲਬਮ ਦਾ ਡਾਟਾ ਇਕੱਠਾ ਕਰਦਾ ਕਰਦਾ ਤੇ ਫੋਨ ਤੇ ਲੱਗਾ ਤਾਂ ਮੇਰੀ ਵਾਈਫ 3 ਵਜੇ ਸਵੇਰ ਦੇ ਉੱਠ ਕਹਿਿੰਦੇ ਆਂਦੇ ਕੋ ਰੂਮ ਚ ਰਹਿਨੇ ਆ ਪਰ ਮਿਲਦੇ ਸੋ ਸੋ ਜਿਹੜੀਆਂ ਗੱਲਾਂ ਮਤਲਬ ਬੇਸਿਕਲੀ ਸਾਡਾ ਕਹਿੰਦਾ ਵਾ ਕਿ ਗੱਲ ਗੱਲ ਕਹੀਏ ਉਹ ਗੱਲ ਜਿਹੜੀ ਜ਼ੈਨ ਚ ਰਵੇ ਮੈਨੂੰ ਅੱਜ ਸਵੇਰੇ ਕਿਸੇ ਨੇ ਆਹ ਲਾਈਨ ਡੈਡੀਕੇਟ ਕੀਤੀ ਆ ਵੀ ਵੈਸੇ ਦਮਨ ਭੈਣ ਆ ਉਹ ਜਿਵੇਂ ਕਾਫੀ ਟਾਈਮ ਤੋਂ ਆਪਾਂ ਕਹਿੰਦੇ ਆ ਵੀ ਆਪਾਂ ਮਿਲਦੇ ਆ ਨਹੀਂ ਮਿਲ ਹੋਇਆ ਉਹ ਕਹਿੰਦੇ ਵੈਸੇ ਮੈਂ ਤੁਹਾਨੂੰ ਲਾਈਨ ਡੈਡੀਕੇਟ ਕਰ ਸਕਦੀ ਆ ਨਾ ਇੱਕੋ ਸ਼ਾਇਰੇ ਚ ਨਹੀਂ ਬਿਲਕੁਲ ਸਭ ਤੋਂ ਜ਼ਿਆਦਾ ਰਿਲੇਟ ਕੀਤਾ ਸਾਰਿਆਂ ਨੇ ਇਸ ਗਾਣੇ ਨਾਲ ਇਸ ਗੀਤ ਨਾਲ ਬਾਕੀ ਲੋਕਾਂ ਨੇ ਆਹ ਕਹਿੰਦੇ ਗੁਰਸ਼ਬਦ ਸ਼ਬਦਾਂ ਦੇ ਪਿੱਛੇ ਬਹੁਤ ਭਜਦਾ ਪਤਾ ਨਹੀਂ ਤਾ ਉਹਦਾ ਨਾਂ ਸ਼ਬਦ ਦਾ ਹੈ ਨਾ ਬਿਲਕੁਲ ਮੈਂ ਭਜਦਾ ਜੀ ਜ਼ਰੂਰ ਕਿਉਂਕਿ ਮੈਨੂੰ ਲਿਰਿਕਸ ਨੂੰ ਲੈ ਕੇ ਬਹੁਤ ਚੂਜ਼ੀ ਆ ਮੈਂ ਕਿਉਂਕਿ ਇਸ ਐਲਬਮ ਦੇ ਵਿੱਚ ਵੀ ਡੀਨ ਦਾ ਗਾਣਾ ਤੁਸੀਂ ਪਹਿਲਾਂ ਵੀ ਕੀਤਾ ਹੋਇਆ ਹਾਂ ਪਰ ਉਸ ਤੋਂ ਇਲਾਵਾ ਜਿਵੇਂ ਰਮਨ ਹੋ ਗਿਆ ਬਣੀ ਜਾਲ ਬਣੀ ਜਾਲ ਹੋ ਰਹੀ ਹੋਗੇ ਨਾ ਇਹ ਨਵੇਂ ਰਾਈਟਰ ਤੁਸੀਂ ਲੈ ਕੇ ਆਂਦੇ ਜੀ ਸਾਰੀ ਟੀਮ ਬਾਰੇ ਦੱਸੋ 뮤ਜ਼ਿਕ ਵੀ ਬਹੁਤ ਅਲੱਗ-ਅਲੱਗ ਡਾਇਰੈਕਟਰਸ ਦਾ ਵਾ ਜੀ ਜਿਹੜਾ دیਵਾਨਾ ਗੀਤ ਆ ਉਹ ਡੀਨ ਨੇ ਲਿਖਿਆ ਆ ਡੀਨ ਵੜਿੰਗ ਨੇ ਐਂਡ ਕਿੱਡ ਨੇ 뮤ਜ਼ਿਕ ਕੀਤਾ ਆ ਤੇ دیਵਾਨਾ ਪੋਇਟਰੀ ਅਸੀਂ ਲਾਈਕ ਪੋਇਟਰੀ ਯੂਜ਼ ਕੀਤੀ ਓਦੇ ਵਿੱਚ ਪਰ ਪੋਇਟਰੀ ਬਹੁਤ ਨਾਈਸ ਵੇ ਨਾ ਮੈਂ ਸੁਣਾ ਵੀ ਸਕਦਾ ਸੁਣਾ ਸੁਣਾ ਹਾਂ ਜੀ ਤੇਰਾ ਕੌਣ ਨਹੀਂ دیਵਾਨਾ ਦੱਸ ਖਾਂ ਖੌਰੇ ਤੇਰੀ ਕੀ ਪਸੰਦ ਗੋਰੀਏ ਬੰਦਾ ਤੱਕ ਲੈ ਤੇ ਗੁੰਮ ਹੀ ਜਾਵੇ ਅੱਖਾਂ ਤੇਰੀਆਂ ਸਰੰਗ ਗੋਰੀਏ ਆ ਘੜੀਆਂ ਕੁੜੀਆਂ ਲਾ ਕੇ ਮਿਲ ਤੇ ਖੁੱਲਾ ਟਾਈਮ ਬਿਤਾ ਦੀਦ ਤੇਰੀ ਦੇ ਰੋਗੀਆਂ ਤੇ ਦੇ ਦੇ ਕੋਈ ਦੁਆ ਉਹ ਜਦੋਂ ਹੋਵੇ ਤੈਨੂੰ ਕੋਲੋਂ ਵੇਖਣਾ ਨੀ ਅੱਖਾਂ ਕਰ ਲਈਏ ਬੰਦ ਗੋਰੀਏ ਸੋ ਪੋਇਟਰੀ ਨੂੰ ਥੋੜੀ ਸਿਫਤ ਪੋਇਟਰੀ ਚ ਕੀਤੀ ਆ ਐਂਡ ਸੈਕੰਡ ਗੀਤ ਆ ਜੀ ਸੇਮ ਟਾਊਨ ਸੇਮ ਟਾਊਨ ਵੀ ਦੀਨ ਨੇ ਲਿਖਿਆ ਐਂਡ ਜੇਬੀ ਨੇ ਮਿਊਜ਼ਿਕ ਕੀਤਾ ਥਰਡ ਗੀਤ ਕਰਾਚੀ ਮੋ ਫਿਊਜ਼ਨ ਨੇ ਮਿਊਜ਼ਿਕ ਕੀਤਾ ਤੇ ਅਮਨ ਅਮਨ ਨੇ ਮੈਨੂੰ ਇਹ ਗੀਤ ਭੇਜਿਆ ਸੀ ਇੰਸਟਾ ਦੇ ਉੱਤੇ ਇੰਸਟਾ ਤੇ ਗੀਤ ਭੇਜਣਾ ਨੂੰ ਮੈਨੂੰ ਬਹੁਤ ਪਸੰਦ ਆਇਆ ਫਿਰ ਉਹਨੂੰ ਮੈਂ ਕਿਹਾ ਗੀਤ ਅੱਜ ਤੱਕ ਮੇਰੀ ਅਮਨ ਨਾਲ ਗੱਲ ਵੀ ਨਹੀਂ ਹੋਈ ਫੋਨ ਤੇ ਅੱਛਾ ਉਹਨੂੰ ਮੈਂ ਕਿਹਾ ਵੀ ਇਸ ਮੈਂ ਕਿਹਾ ਆਈ ਯਾਰ ਜ਼ਰੂਰ ਮਿਲਾਂਗੇ ਸੋ ਅਮਨ ਨੇ ਲਿਖਿਆ ਆ ਐਂਡ ਟੇਲਸ ਆਪਾਂ ਕਿਹੜਾ ਸਾਧ ਕਿੱਥੇ ਹੋਣਾ ਇਹ ਮੁਕਤ ਉਹ ਰਮਨ ਲਖੇਸਰ ਰਮਨ ਲਖੇਸਰ ਜੌਬ ਕਰਦੇ ਆ ਪੰਜਾਬ ਪੁਲਿਸ ਚ ਤੇ ਉਹਨਾਂ ਨੇ ਲਿਖਿਆ ਤੇ ਉਹਦਾ ਮਿਊਜ਼ਿਕ ਕੀਤਾ ਸੈਨਬੀ ਨੇ ਠੀਕ ਹੈ ਝੂਠ ਦੀ ਪੰਡ ਸੈਨਬੀ ਨੇ ਮਿਊਜ਼ਿਕ ਕੀਤਾ ਐਂ ਬਣੀ ਜੌਨ ਨੇ ਲਿਖਿਆ ਤੇ ਇੱਕ ਗਾ ਸੌ ਰੱਬ ਦੀ ਬਣੀ ਜੌਨ ਨੇ ਲਿਖਿਆ ਤੇ ਉਹਦਾ ਮਿਊਜ਼ਿਕ ਕੀਤਾ ਮਰਸੀ ਇਹ ਸਾਰੇ ਟੀਮ ਬੈਨਾ ਕਿਸੇ ਵੀ ਇੰਟਰਵਿਊ ਚ ਕਦੇ ਗੇਮ ਨਹੀਂ ਜਿਵੇਂ ਗੇਮ ਨਹੀਂ ਕਰਦੇ ਹੁੰਦੇ ਮੈਂ ਦੇਖਿਆ ਮੈਂ ਕਿਹਾ ਜੇ ਤੁਮੇ ਪਹਿਲੀ ਵਾਰ ਤੁਹਾਨੂੰ ਇੰਟਰਵਿਊ ਕੀਤਾ ਸੀਗਾ ਥੋੜਾ ਥੋੜਾ ਹੁਣ ਐ ਲੱਗਦਾ ਵਾ ਵੀ ਤੁਸੀਂ ਵੀ ਜਿਵੇਂ ਜਦੋਂ ਬੰਦਾ ਆਉਂਦਾ ਨਾ ਬੜਾ ਅਸੂਲ ਲੈ ਕੇ ਆਉਂਦਾ ਇੰਡਸਟਰੀ ਦੇ ਵਿੱਚ ਮੈਂ ਸੋਚਦਾ ਮੈਂ ਕਿਹਾ ਸ਼ਾਇਦ ਗੁਰਸ਼ਾਦੂ ਵੀ ਥੋੜਾ ਥੋੜਾ ਟਾਈਮ ਦੇ ਨਾਲ ਢਲਣ ਲੱਗ ਗਏ ਨੇਗੇ ਜੀ ਜੀ ਬਿਲਕੁਲ ਬਿਲਕੁਲ ਜਿਵੇਂ ਟਾਈਟਲ ਇੰਗਲਿਸ਼ ਰੱਖਣੇ ਹਾਂਜੀ ਮੈਂ ਅਸਲ 'ਚ ਟਾਈਟਲ ਜਿਹੜੇ ਇੰਗਲਿਸ਼ ਰੱਖਣ ਦਾ ਕਾਰਨ ਸੀਗਾ ਡੀਨ ਡੀਨ ਨੇ ਕਿਹਾ ਯਾਰ ਮੈਂ ਤਾਂ ਇੱਕੋ ਸ਼ੈਰ ਰੱਖਿਆ ਸੀ ਨਾ ਤੁਸੀਂ ਵੇਖਿਓ ਜਿਹੜੀ ਆ ਉਹ ਨਾ ਦੂਜੀ ਇਹ ਕਿਉਂ ਜਿਆ ਨਾ ਇਹ ਦੀਨ ਇਹ ਕਿਦਾਂ ਦਾ ਨਾਮ ਹੈ ਸੋ ਉਹਨੇ ਕਹੇ ਨਾ ਉਹਦਾ ਸ਼ੇਅਰ ਸੀਗਾ ਮੈਂ ਕਿਹਾ ਮੈਂ ਦੀਨਾਂ ਦੀ ਇਹ ਕਿਹੋ ਜਿਹਾ ਕਾਹਦਾ ਨਾਮ ਹੈ ਸੋ ਦੀਨ ਥੋੜਾ ਜਿਹਾ ਜਿਵੇਂ ਲਾਲੋ ਕਿ ਉਹਨੂੰ ਲੱਗਦਾ ਕਿ ਥੋੜੇ ਜੇ ਅੱਜ ਦੇ ਸਮੇਂ ਨਾਲ ਚੱਲਣਾ ਚਾਹੀਦਾ ਤੇ ਹਾਲਾਂਕਿ ਜਿਹੜੀ ਮੈਂ ਰੀਲ ਪਾਈ ਆ ਉਹਦੇ ਵਿੱਚ ਮੈਂ ਇੱਕੋ ਸ਼ਾਇਰ ਤੇ ਸੇਮ ਟਾਊਨ ਦੇ ਉੱਤੇ ਇੱਕੋ ਸ਼ਾਇਰ ਲਿਖਿਆ ਟੇਲਸ ਦੇ ਉੱਤੇ ਕਹਾਣੀਆਂ ਲਿਖਿਆ ਸੋ ਇਹ ਸਾਰੀਆਂ ਚੀਜ਼ਾਂ ਜੀਆਂ ਰਲ ਮਿਲ ਕੇ ਕਿਉਂਕਿ ਹਰ ਕਿਸੇ ਦੀ ਸਲਾਹ ਟੀਮ ਚ ਜ਼ਰੂਰੀ ਹੁੰਦੀ ਹੈ ਬਿਲਕੁਲ ਬਿਲਕੁਲ ਸੋ ਅਸੀਂ ਉਦਾਂ ਰਲ ਮਿਲ ਕੇ ਕੰਮ ਕੀਤਾ ਟਲੇ ਜ਼ਰੂਰ ਆ ਪਰ ਸਮੇਂ ਦੇ ਹਿਸਾਬ ਨਾਲ ਹਾਂ ਇਹ ਇਹ ਜ਼ਰੂਰੀ ਵੀ ਹੋ ਜਾਂਦਾ ਹੈ ਕਿ ਬਈ ਸਾਡੇ ਬਹੁਤ ਸਾਰੇ ਆਰਟਿਸਟ ਇਸ ਕਰਕੇ ਵੀ ਪਿੱਛੇ ਰਹਿ ਜਾਂਦੇ ਨੇ ਵੀ ਉਹ ਰਵਾਨਗੀ ਚ ਨਹੀਂ ਆਉਂਦੇ ਹੈਗੇ ਸੋ ਬਈ ਰਵਾਨਗੀ ਚ ਹੈ ਨਾ ਇਸੇ ਕਰਕੇ ਅਸੀਂ ਕੋਸ਼ਿਸ਼ ਕੀਤੀ ਕਿ ਆਪਣਾ ਮੂਲ ਨਾ ਬਦਲੇ ਜਿਹੜਾ ਅਸਲ ਰੰਗਾ ਉਹ ਨਾ ਬਦਲੇ ਤੇ ਬਾਕੀ ਗੀਤਾਂ ਦਾ ਜਿਹੜਾ ਇਨਸਟਿੰਕਟ ਹੈ ਉਹ ਸੇਮ ਹੀ ਆ ਉਹਨਾਂ ਦੀ ਜਿਹੜੀ ਗੱਲ ਕਹਿਣ ਕਹਿੰਦਾ ਤਰੀਕਾ ਬਦਲਿਆ ਪਰ ਗੱਲ ਸੇਮੀ ਹੈ ਗੱਲ ਸੇਮੀ ਹੈ ਜੀ ਫੇ ਮੈਂ ਕਿਹਾ ਵੀ ਚਲੋ ਆਪਾਂ ਇਸ ਇੰਟਰਵਿਊ ਦੇ ਵਿੱਚ ਜਿਹੜੇ ਤੁਸੀਂ ਪੰਜਾਬੀ ਟਾਈਟਲ ਵੀ ਰੱਖੀ ਨੇ ਆਪਾਂ ਉਹਨਾਂ ਨੂੰ ਵੀ ਟ੍ਰਾਂਸਲੇਟ ਕਰ ਲੈਂਦੇ ਆ ਜੀ ਜੀ ਮੈਂ ਕਦੇ ਨਹੀਂ ਕੀਤਾ ਕਿਸੇ ਇੰਟਰਵਿਊ 'ਚ ਇਦਾਂ ਗੀਮ ਗੁੰਮ ਜੀ دیਵਾਨਾ ਨੂੰ ਕੀ ਕਹਿ ਸਕਦੇ ਆ ਅਸੀਂ دیਵਾਨਾ ਨੂੰ ਲਵ ਕੈਰੀ ਬਾਬ ਕੱਲਾ ਲਵ ਸੌ ਰੱਬ ਦੀ ਆਈ ਸਵਰ ਆਈ ਸਵਰ ਠੀਕ ਹੈ ਝੂਠ ਦੀ ਪੰਡ ਲਾਇਰ ਕੀ ਬਾਤ ਹੈ ਬਹੁਤ ਬਾਤ ਹੈ ਹਾਂ ਜਿੱਤੇ ਕਿ ਪਰ ਦੇਣ ਲਈ ਤੁਹਾਡੇ ਕੋਲ ਕੁਝ ਵੀ ਨਹੀਂ ਹੈਗਾ ਚਲੋ ਕੋਈ ਨਹੀਂ ਮੈਂ ਇੱਕ ਕਿਤਾਬ ਲੈ ਜਾਾਂਗਾ ਹਾਂ ਜ਼ਰੂਰ ਬਾਬੂ ਰਾਜੇ ਗਲੀ ਲੈ ਕੇ ਜਾ ਸਕਦੇ ਹਾਂ ਬਿਲਕੁਲ ਮੈਂ ਯੂਨੀਵਰਸਿਟੀ ਟਾਈਮ ਬਾਬੂ ਰਜ਼ਾਬਦੀ ਸਾਹਿਬ ਨੂੰ ਬਹੁਤ ਗਿਆ ਇੱਕ ਵਾਰੀ ਅਸੀਂ ਉਹਦੇ ਵਿੱਚ ਯੂਥ ਫੈਸਟੀਵਲ ਦੇ ਵਿੱਚ ਇਹਨਾਂ ਦੀ ਕੁਇਸ਼ਰੀ ਗਈ ਸੀ ਅੱਛਾ ਹਾਂ ਪਰ ਉਹਨਾਂ ਨੇ ਸਾਨੂੰ ਡਿਸਕਵਾਲਿਫਾਈ ਕਰਤਾ ਹੁੰਦੇ ਕਿ ਇਹ ਨਹੀਂ ਹੋਣੀ ਚਾਹੀਦੀ ਸੀ ਠੀਕ ਹੈ ਅੱਗੇ ਕੀ ਜਿਵੇਂ ਹੁਣ ਤੁਹਾਡੀ ਐਲਬਮ ਆ ਗਈ ਆ ਨਾਲ ਦੀ ਨਾਲ ਫਿਲਮਾਂ ਵੀ ਤੁਹਾਡੀਆਂ ਚੱਲ ਰਹੀਆਂ ਨੇ ਜੀ ਚੰਗੀ ਫਿਲਮਾਂ ਦਾ ਤੁਸੀਂ ਹਿੱਸਾ ਬਣੇ ਤੇ ਅੱਗੇ ਤੁਹਾਡੇ ਸ਼ਡਿਊਲ ਕੀ ਨੇਗੇ ਕੀ ਚੀਜ਼ਾਂ ਨੇਗੀਆਂ ਬਿਲਕੁਲ ਜੀ ਅੱਗੇ ਪਹਿਲਾਂ ਤੇ ਆ ਐਲਬਮ ਦੀਆਂ ਦੋ ਤਿੰਨ ਵੀਡੀਓਜ਼ ਕਰਾਂਗੇ ਹੋਰ ਐਨ ਨਾਲ ਫਿਲਮ ਦੇ ਉੱਤੇ ਵਰਕ ਆਊਟ ਚੱਲ ਰਿਹਾ ਫਿਲਮਜ਼ ਹੋਰ ਕਰ ਰਹੇ ਆ ਅਜੀਬ ਸਟੋਰੀ ਹੰਟਿੰਗ ਚੱਲ ਰਹੀ ਹੈ ਅੱਛਾ ਜਿਵੇਂ ਸੇਮ ਟਾਊਨ ਦੀ ਵੀਡੀਓ ਜਿਹੜੀ ਆਈ ਆ ਉਹ ਵੀ ਅੱਪਾ ਕਹਿ ਸਕਦੇ ਆ ਇੰਗਲਿਸ਼ ਲੁੱਕ ਦਾ ਜਾਂ ਕੁਝ ਵੀ ਆ ਤਾਂ ਬਾਕੀ ਸਾਰੇ ਗਾਣੇ ਆਂਦੀਆਂ ਤੁਸੀਂ ਕਿਵੇਂ ਸੋਚਿਆ ਕਿ ਕਿਵੇਂ ਦੀਆਂ ਲੈਕਚਰ ਜਦੋਂ ਝੂਟਦੀ ਪੰਡ ਥੋੜੀ ਜੀ ਆਪਾਂ ਪੰਜਾਬੀ ਪੱਗ ਬੰਨ ਕੇ ਵਧੀਆ ਲੁੱਕ ਰੱਖਾਂਗੇ ਇਦਾਂ ਹੀ ਜਿਵੇਂ ਸਾਰੇ ਗੀਤ ਟੇਲਜ਼ ਮੈਨੂੰ ਬਹੁਤ ਪਸੰਦ ਆ ਗੀਤ ਸੋ ਟੇਲਜ਼ ਦੀ ਮੈਂ ਚਾਹੁੰਨਾ ਕਿ ਥੋੜੀ ਜੀ ਅਰਬਨ ਪਲੱਸ ਇੱਕ ਪੜੀ ਲਿਖੀ ਪਿੰਡੂ ਪੜੇ ਲਿਖੇ ਪਿੰਡੂ ਮੁੰਡਿਆਂ ਦੇ ਨਾਲ ਉਦਾਂ ਦੀ ਲੁੱਕ ਹੋਵੇ ਕਿ ਜਿਹੜੇ ਸ਼ਹਿਰ 'ਚ ਜਦੋਂ ਆਉਂਦੇ ਨੇ ਉਹਨਾਂ ਦਾ ਇੱਕ ਸੁਭਾਅ ਕਿਦਾਂ ਦਾ ਹੁੰਦਾ ਉਹਨਾਂ ਦੀ ਇੱਕ ਲੁੱਕ ਕਿਦਾਂ ਦੀ ਚੇਂਜ ਹੁੰਦੀ ਸੋ ਓਦਾਂ ਦੀ ਵੀਡੀਓ ਸਾਰੀਆਂ ਵੀਡੀਓਜ਼ ਨੂੰ ਅਸੀਂ ਇਦਾਂ ਪਲਾਨ ਕਰ ਰਹੇ ਹਾਂ ਕਿ ਹਰੇਕ ਹਰੇਕ ਸਾਬੇ ਵੀਡੀਓ ਕੀਤੀ ਜਾਵੇ ਕਿ ਜਿੱਦਾਂ ਦਾ ਗੀਤ ਦਾ ਮੂਡ ਆ ਓਦਾਂ ਦੀ ਵੀਡੀਓ ਹੀ ਕੀਤੀ ਜਾਵੇ ਜਿਵੇਂ ਅੱਜ ਕੱਲ ਆਪਾਂ ਸੁਣਦੇ ਆ ਵੀ ਸਾਰੇ ਕਹਿੰਦੇ ਨੇ ਗਾਣਾ ਨਹੀਂ ਚੱਲ ਰਿਹਾ ਹੈਗਾ ਗਾਣਾ ਨਹੀਂ ਚੱਲ ਰਿਹਾ ਹੈ ਨਾ ਤਾਂ ਹੁਣ ਆਡੀਅנס ਵੀ ਉਸ ਚੀਜ਼ ਤੋਂ ਉੱਪਰ ਉੱਠ ਗਈ ਆ ਵੀ ਵਿਊਜ਼ ਦੇਖ ਕੇ ਕੋਈ ਗਾਣਾ ਨਹੀਂ ਸੁਣਦਾ ਜਾਂ ਆਪਾਂ ਉਹਦੀ ਸਕਸੈਸ ਨੂੰ ਨਹੀਂ ਉਹਦੇ ਤੋਂ ਆਪਾਂ ਮੈਜ਼ਰ ਕਰਦੇ ਹਾਂ ਨਾ ਪਰ ਹੁਣ ਦੇ ਅੱਜ ਦੇ ਟਾਈਮ ਦੇ ਵਿੱਚ ਆਰਟਿਸਟ ਨੂੰ ਸੈਟੀਸਫੈਕਸ਼ਨ ਕਿਹੜੀ ਗੱਲ ਦੇ ਰਹੀ ਆ ਕਿ ਮੇਰਾ ਗਾਣਾ ਠੀਕ ਆ ਸਕਸੈਸਫੁਲ ਹੋ ਗਿਆ ਉਹਦੀ ਮੇਰੇ ਲਈ ਜਿਹੜੀ ਸੈਟੀਸਫੈਕਸ਼ਨ ਆ ਜੀ ਜਿੰਨੇ ਵੀ ਸੁਣਨ ਉਹ ਇਦਾਂ ਸੁਣਨ ਕਿ ਉਹ ਹਰ ਰੋਜ਼ ਸੁਣਨ ਸੋ ਮੇਰੀ ਸੈਟੀਸਫੈਕਸ਼ਨ ਇਹ ਆ ਕਿ ਗੀਤ ਇਦਾਂ ਦਾ ਹੋਣਾ ਚਾਹੀਦਾ ਕਿ ਜਿਹੜਾ ਤੁਸੀਂ ਕੰਨਾਂ 'ਚ ਲਾ ਕੇ ਸੌਂ ਵੀ ਸਕੋ ਜਿਹੜਾ ਤੁਸੀਂ ਕਿਤੇ ਜਾ ਰਹੇ ਜੇ ਔਰ ਤੁਹਾਨੂੰ ਡਿਸਟਰਬ ਵੀ ਨਾ ਕਰੇ ਚੀਜ਼ਾਂ ਤੁਹਾਨੂੰ ਸਾਈਕੋਲੋਜੀਕਲੀ ਤੁਹਾਨੂੰ ਹਰ ਤਰੀਕੇ ਨਾਲ ਤੁਸੀਂ ਉਹ ਉਹ ਗੀਤ ਜਿਹੜੇ ਲੋਕਾਂ ਤੱਕ ਪਹੁੰਚ ਰਿਹਾ ਜਿਵੇਂ ਸੇਮ ਟਾਊਨ ਗੀਤਾਂ ਸੇਮ ਟਾਊਨ ਦੀ ਬਹੁਤ ਸਿਫਤ ਕੀਤੀ ਸਾਰਿਆਂ ਨੇ ਤੇ ਮੈਨੂੰ ਉਸ ਤੋਂ ਬਾਅਦ ਮੈਂ دیਵਾਨੇ ਦੀ ਬਹੁਤ ਸਿਫਤ ਹੋਈ ਪਰ ਟੇਲਜ਼ ਗੀਤ ਜਿਹੜਾ ਮੈਨੂੰ ਲੱਗਦਾ ਸੀ ਯਾਰ ਲੋਕਾਂ ਨੂੰ ਪਤਾ ਨਹੀਂ ਸਮਝ ਆਊਗਾ ਕਿ ਨਹੀਂ ਪਰ ਟੇਲਜ਼ ਗੀਤ ਬਹੁਤ ਵਧੀਆ ਜਾ ਰਿਹਾ ਬਹੁਤ ਸੋਹਣਾ ਮਤਲਬ ਓਵਰ ਸੀਸ ਜਿਹੜੇ ਲੋਕ ਨੇ ਉਹ ਬਹੁਤ ਪਸੰਦ ਕਰ ਰਹੇ ਉਹ ਗੀਤ ਨੂੰ ਸੋ ਇਹ ਮਤਲਬ ਇਹੋ ਹੀ ਸੈਟੀਸਫੈਕਸ਼ਨ ਹੈ ਕਿ ਉਹ ਚੀਜ਼ ਜੀ ਜਿਹੜੀ ਲੋਕੀ ਪਸੰਦ ਕਰਨ ਤਰੀਕੇ ਨਾਲ ਜਿੱਦਾਂ ਅਸੀਂ ਬਣਾਈ ਹੈ ਔਰ ਲੰਦੇ ਪੰਜਾਬ 'ਚ ਸਾਡਾ 뮤직 ਬਹੁਤ ਸੁਣਿਆ ਜਾਂਦਾ ਪਰ ਇਸ ਵਾਰ ਖਾਸ ਤੌਰ ਤੇ ਇੱਕ ਕਰਾਚੀ ਨਾਂ ਦਾ ਗੀਤ ਜਿਹੜਾ ਤੁਸੀਂ ਰੱਖਿਆ ਨਾ ਉਸ ਗੀਤ ਲਈ ਸਪੈਸੀਫਿਕਲੀ ਉਧਰੋਂ ਕਿਦਾਂ ਦਾ ਰਿਸਪੌਂਸ ਆਇਆ ਬਹੁਤ ਵਧੀਆ ਆਪਣੇ ਇਫਤਖਾਰ ਭਾਜੀ ਨੇ ਠਾਕੁਰ ਸਾਹਿਬ ਉਹਨਾਂ ਨੇ ਵੀ ਉੱਥੇ ਨੱਚ ਕੇ ਟਿਕਟੌਕ ਤੇ ਵੀਡੀਓਜ਼ ਬੁਡੀਜ਼ ਪਾਈਆਂ ਸੋ ਵਧੀਆ ਰਿਸਪੌਂਸ ਮਸਟ ਐਫ ਐਮ ਲਾਹੌਰ ਆ ਉਹਦੇ ਵਿੱਚ ਵੀ ਚੱਲ ਰਿਹਾ ਗੀਤ ਸੋ ਵਧੀਆ ਰਿਸਪੌਂਸ ਕਰ ਰਹੇ ਜਿਵੇਂ ਅਸੀਂ ਭੇਜਿਆ ਵੀ ਸੀਗਾ ਜਿਹੜੀ ਕਰਾਚੀ ਵਾਲੀ ਇੰਡਸਟਰੀ ਆ ਨਾ ਥੋੜੀ ਜੀ ਉਹਨਾਂ ਨੂੰ ਵੀ ਭੇਜਿਆ ਹੋਇਆ ਗੀਤ ਉਹ ਵੀ ਲਾਈਕ ਕਰ ਰਹੇ ਨੇ ਸੋ ਵਧੀਆ ਰਿਸਪੌਂਡ ਅਜੇ 2 ਦਿਨ ਹੋਏ ਐਲਬਮ ਆਈ ਨੂੰ ਅਜੇ ਹਫਤੇ ਕੇ ਬਾਅਦ ਹੋਰ ਵਧੀਆ ਲੋਕਾਂ ਦਾ ਰਿਸਪੌਂਡ ਆਊਗਾ ਜਜਤੋਂ ਲੋਕਾਂ ਤੱਕ ਚੀਜ਼ਾਂ ਪਹੁੰਚਣਗੀਆਂ ਹਮ ਟੇਲਸ ਤੁਹਾਡਾ ਵੀ ਫੇਵਰਿਟ ਗਾਣਾ ਹਾਂਜੀ ਮੈਨੂੰ ਵੀ ਬਹੁਤ ਚੰਗਾ ਲੱਗਦਾ ਤੇ ਆਪਾਂ ਟੇਲਸ ਇੱਕ ਵਾਰੀ ਸੁਣ ਲਈਏ ਹਾਂਜੀ 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 ਹਮ ਆਪਾਂ ਕਿਹੜਾ ਸਾਦ ਕਿੱਥੇ ਹੋਣਾ ਏ ਮੁਕਤ ਲੈਣਾ ਪਹਿਣਾ ਏ ਜਨਮ ਫਿਰ ਜਗ ਤੇ ਦੁਨੀਆ ਤੋਂ ਚੋਰੀ ਸਾਡੇ ਦਿਲ ਦੇ ਆਚੋਰਾ ਤੈਨੂੰ ਫੜਾਂਗੇ ਵੇ ਫੇਰ ਕਿਸੇ ਛੱਤ ਤੇ ਉੱਡੇ ਉੱਡ ਜਾਵੇ ਸਾਡੇ ਹੱਥ ਚ ਨਾ ਆਵੇ ਮੱਲੋ ਮੱਲੀ ਫੁਲਕਾਰੀ ਤੇਰੀ ਪੱਗ ਤੇ ਸੱਚੀ ਸਾਨੂੰ ਤੇਰੇ ਉੱਤੇ ਇੰਨਾ ਹੈ ਯਕੀਨ ਜਿੰਨਾ ਕਰਦੇ ਭੋਲੇ ਜੇ ਬੰਦੇ ਰੱਬ ਤੇ ਬਹੁਤ ਸੋਹਣਾ ਭਾਜੀ ਵਾਕੀ ਤੁਹਾਡੀ ਐਲਬਮ ਬਹੁਤ ਸੋਹਣੀ ਆ ਥੈਂਕ ਯੂ ਜੀ ਸੋ ਅੱਜ ਤੁਸੀਂ ਕਾਲੀ ਦੇ ਵਿੱਚੋਂ ਪਰ ਅਸੀਂ ਤੁਹਾਡਾ ਸ਼ੁਕਰੀਆ ਕਰਦੇ ਹਾਂ ਕਿ ਤੁਸੀਂ ਫੇਰ ਵੀ ਸਾਡੇ ਲਈ ਸਮਾਂ ਕੱਢਿਆ ਸਾਡੇ ਦਰਸ਼ਕਾਂ ਦੀ ਤੁਸੀਂ ਰੂਬਰੂ ਹੋਏ ਤੇ ਤੁਹਾਡੇ ਆਉਣ ਵਾਲੇ ਸਾਰੇ ਪ੍ਰੋਜੈਕਟਾਂ ਦੇ ਲਈ ਤੁਹਾਡੇ ਆਉਣ ਵਾਲੇ ਕੱਲ ਦੇ ਲਈ ਅਸੀਂ ਸ਼ੁਭਕਾਮਨਾਵਾਂ ਦਿੰਦੇ ਆ ਕਿ ਬਹੁਤ ਸੋਨਾ ਹੋਵੇ ਤੰਦਰੁਸਤੀਆਂ ਵਾਲਾ ਹੋਵੇ ਚੜ੍ਹਦੀ ਕਲਾ ਵਾਲਾ ਹੋਵੇ ਤੇ ਆਪਾਂ ਫਿਰ ਕਿਸੇ ਸਬੱਬ ਦੇ ਨਾਲ ਜ਼ਰੂਰ ਮਿਲਾਂਗੇ ਬਿਲਕੁਲ ਜੀ ਧੰਨਵਾਦ ਔਰ ਥੈਂਕ ਯੂ ਤੁਹਾਡਾ ਤੁਸੀਂ ਹਰ ਵਾਰੀ ਬਹੁਤ ਇਨਕਰੇਜ ਕਰਦੇ ਹੋ ਸੋ ਵੈਗੁਰੂ ਮੇਰ ਕਰੇ ਤੇ ਇਦਾਂ ਹੀ ਆਪਾਂ ਐਲਬਮ ਆਉਂਦੀਆਂ ਰਹਿਣ ਗੀਤ ਫਿਲਮਾਂ ਆਉਂਦੀਆਂ ਰਹਿਣ ਤੇ ਆਪਾਂ ਮਿਲਦੇ ਰਹੀਏ। ਰਹੀਏ ਨਾ। थैंक यू सो मच। ਤੁਹਾਡੇ ਗੀਤਾਂ ਜੋ ਇੱਕ ਲਾਈਨ ਅਸੀਂ ਤੁਹਾਨੂੰ ਡੈਡੀਕੇਟ ਕਰ ਰਹੇ ਹਾਂ। ਘੜੀਆਂ ਕੁੜੀਆਂ ਲਾ ਕੇ ਮਿਲਦੇ। ਬਿਲਕੁਲ ਟਾਈਮ ਬਤਾ। ਬਿਲਕੁਲ ਜੀ ਬਿਲਕੁਲ। ਮੈਂ ਇਹ ਲਾ ਦਿੰਦਾ ਨਹੀਂ ਘੜੀਆਂ। ਨਹੀਂ ਨਹੀਂ ਬਹੁਤ थैंक यू ਜੀ ਤੁਹਾਡਾ ਪਰ ਆਪਾਂ ਜਲਦੀ ਜਰੂਰ ਫੇਰ ਮਿਲਾਂਗੇ ਐਂਡ ਅਸੀਂ ਮੈਂ ਕੋਸ਼ਿਸ਼ ਕਰਦਾ ਰਹੂੰਗਾ ਕਿ ਸਾਰਿਆਂ ਲਈ ਚੰਗਾ ਕੰਮ ਕਰਦਾ ਰਵਾਂ ਤਾਂ ਕਿ ਹੋਰ ਵੱਧ ਅਸੀਂ ਪੰਜਾਬੀ ਦੀ ਲੋਕਾਂ ਦੀ ਸੇਵਾ ਕਰ ਸਕੀਏ ਤਾਂ ਕਿ ਜਿੰਨੀਆਂ ਵੀ ਘਰਾਂ ਦੇ ਵਿੱਚ ਟੈਨਸ਼ਨਾਂ ਹੁੰਦੀਆਂ ਨੇ ਗੀਤ ਉਹਨਾਂ ਨੂੰ ਜਦੋਂ ਬੰਦਾ ਗੀਤ ਸੁਣਦਾ ਉਦੋਂ ਰਿਲੀਫ ਮਿਲਦਾ ਕਈ ਵਾਰੀ ਗੀਤ ਕੋਈ ਸਿਖਾ ਵੀ ਜਾਂਦਾ ਸੋ ਕੋਸ਼ਿਸ਼ ਕਰਦੇ ਰਵਾਂਗੇ ਕਿ ਇਹੋ ਜਿਹੇ ਗੀਤ ਬਣਾਉਂਦੇ ਰਹੀਏ ਸੋ ਇੱਕ ਵਾਰ ਫਿਰ ਤੁਹਾਡਾ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਧੰਨ ਜੀ ਦੋਸਤੋ ਇਹ ਸੰ ਸਾਡੇ ਨਾਲ ਗੁਰਸ਼ਬਦ ਇਹਨਾਂ ਦੇ ਨਾਲ ਅੱਜ ਅਸੀਂ ਖਾਸ ਕਰਕੇ ਗੱਲਬਾਤ ਕੀਤੀ ਸੀਗੀ ਇਹਨਾਂ ਦੀ ਹੁਣੇ ਆਈ ਐਲਬਮ ਦੀਵਾਨਾਂ ਦੇ ਬਾਰੇ ਤੇ ਉਮੀਦ ਹੈ ਕਿ ਤੁਸੀਂ ਗਾਣੇ ਸੁਣ ਲਏ ਹੋਣੇ ਨੇ ਜੇ ਨਹੀਂ ਸੁਣੇ ਤਾਂ ਤੁਸੀਂ ਹੁਣੇ ਜਾ ਕੇ ਸੁਣੋ ਇਹਨਾਂ ਦੇ ਕੈਰੈਕਟਰ ਚਲ ਮੇਰੇ ਪੁੱਤ ਜੀ ਬਿਲਡਿੰਗ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਉਮੀਦ ਹੈ ਕਿ ਇਸ ਐਲਬਮ ਨੂੰ ਵੀ ਤੁਸੀਂ ਉਨਾ ਹੀ ਪਿਆਰ ਦਿਓਗੇ ਬਾਕੀ ਮੈਨੂੰ ਗੁਰੀਬ ਕਰੇ ਵੱਲ ਇਜਾਜ਼ਤ ਦੇ ਦਿਓ ਆਪਾਂ ਫਿਰ ਮਿਲਦੇ ਆ ਸੱਚੀ ਕਾਲ